ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਸੁਮੇਂਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਟੂਰਿਸਟ ਲ ਇੰਡੀਆ ਇੰਸਟਾਗ੍ਰam ਫੇਸਬੁਕ ਤੇ YouTube ਚੈਨਲ ਅੱਜ ਗੱਲ ਕਰਾਂਗੇ ਕੈਨੇਡਾ ਦੇ ਕੈਨੇਡਾ ਟੂਰਿਸਟ ਵੀਜ਼ਾ ਬਾਰੇ ਕੈਨੇਡਾ ਦੇ ਰਿਜ਼ਲਟ ਬਾਰੇ ਬੜੇ ਸਾਰੇ ਲੋਕਾਂ ਦੀ ਇਨਕੁਆਰੀ ਹੈ ਕਿ ਸਾਡੀਆਂ ਫਾਈਲਾਂ ਨੂੰ ਬਹੁਤ ਟਾਈਮ ਹੋ ਗਿਆ ਸੀ ਹੁਣ ਕੀ ਕਰੀਏ ਰਿਜ਼ਲਟ ਜਿਹੜਾ ਨਹੀਂ ਆ ਰਿਹਾ ਮੈਂ ਇਹ ਗੱਲ ਤੁਹਾਨੂੰ ਪਹਿਲਾਂ ਕਹੀ ਸੀ ਕਿ ਦਸੰਬਰ ਤੱਕ ਜੇ ਤੁਹਾਡਾ ਰਿਜ਼ਲਟ ਆ ਜਾਂਦਾ ਤਾਂ ਵੈਲੰਗੁੱਡ ਹੈ ਆਦਰਵਾਈਜ਼ ਤੁਹਾਨੂੰ ਫਾਈਲ ਜਿਹੜੀਆਂ ਹੈਗੀਆਂ ਉਹ ਵਿਡਰਾ ਕਰ ਲੈਣੀਆਂ ਚਾਹੀਦੀਆਂ ਦੋਸਤੋ ਮੇਰਾ ਇਹ ਕਹਿਣਾ ਦਾ ਵੀ ਕੋਈ ਆਧਾਰ ਸੀਗਾ ਕਿਉਂਕਿ ਆਈਆਰਸੀਸੀ ਨੇ ਖੁਦ Webinar ਤੇ ਇਹ ਗੱਲ ਕਬੂਲੀ ਸੀ ਕਿ ਸਾਡਾ ਜਿਹੜਾ ਬੈਕਲੌਗ ਹੈ ਉਹ ਬਹੁਤ ਜ਼ਿਆਦਾ ਹੈਗਾ ਮੋਰ ਥਨ 5 ਲੱਖ ਫਾਈਲਾਂ ਦਾ ਟੂਰਿਸਟ ਵਜਾਲ ਓਵਰ ਵਰਲਡ ਤੋਂ ਜਿਹੜਾ ਪੈਂਡਿੰਗ ਪਿਆ ਸੀਗਾ ਸੋ ਉਹਨਾਂ ਵੱਲੋਂ ਕੋਸ਼ਿਸ਼ ਸੀ ਉਹਨਾਂ ਨੇ ਕਮਿਟ ਕੀਤਾ ਸੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦਸੰਬਰ ਤੱਕ ਅਸੀਂ ਸਾਰੀਆਂ ਫਾਈਲਾਂ ਨਿਪਟਾ ਦੇਵਾਂਗੇ ਤੇ ਕਾਫੀ ਹੱਦ ਤੱਕ ਉਹਨਾਂ ਨੇ ਜਿਹੜਾ ਆਪਣਾ ਕੰਮ ਉਹ ਨਿਪਟਾਇਆ ਵੀ ਹੈਗਾ ਪਰ ਉਸ ਤੋਂ ਬਾਵਜੂਦ ਵੀ ਕਾਫੀਆਂ ਸਾਰੇ ਜਿਹੜੀ ਫਾਈਲਾਂ ਨੇ ਪੈਂਡਿੰਗ ਪਈਆਂ ਨੇ ਕਿਉਂਕਿ ਹਰ ਰੋਜ਼ ਕਾਲ ਆਉਂਦੀ ਹੈ ਇਨਕੁਆਰੀ ਆਉਂਦੀ ਹੈ ਫਾਈਲਾਂ ਲੱਗੀਆਂ ਹੋਈਆਂ ਨੇ ਜੀ ਸਾਡਾ ਕੀ ਹੋਏਗਾ ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਦੀਆਂ ਫਾਈਲਾਂ ਬਹੁਤ ਪਹਿਲਾਂ ਦੀਆਂ ਲੱਗੀਆਂ ਹੋਈਆਂ ਨੇ ਠੀਕ ਹੈ ਜਿਨ੍ਹਾਂ ਨੇ ਜਨਵਰੀ ਚ ਫਾਈਲ ਆਤੀ ਸੀਗੀ ਜਨਵਰੀ 2020 ਚ ਫਾਈਲ ਆਈ ਸੀਗੀ ਠੀਕ ਹੈ ਪਿਛਲੇ ਸਾਲ ਦੀ ਮੈਂ ਗੱਲ ਕਰ ਰਿਹਾ ਹੈਗਾ ਸੋ ਇਹ ਜਨਵਰੀ 21 ਫਾਈਲ ਆਈ ਹੈ 20 ਚ ਫਾਈਲਾਂ ਲੱਗੀਆਂ ਨੇ ਕਿਉਂਕਿ ਹੁਣ ਦਸੰਬਰ ਆ ਗਿਆ ਦਸੰਬਰ ਤਾਂ ਹੁਣ ਕੱਲ੍ਹ ਜਾਂ ਪਰਸੋਂ ਤੋਂ ਛੁੱਟੀਆਂ ਹੋ ਜਾਣਗੀਆਂ ਨਵੰਬਰ ਸੀ ਦੇ ਵਿੱਚ ਰਿਜ਼ਲਟ ਜਿਹੜੇ ਹੁਣ ਨਹੀਂ ਆਣੇ ਸੋ ਤੁਸੀਂ ਜਿਹੜਾ ਹੈਗਾ ਤੁਹਾਨੂੰ ਹੁਣ ਆਪਣੀ ਜਿਹੜੀ ਫਾਈਲ ਹੈ ਉਹ ਵਿਡਰਾ ਕਰ ਲੈਣੀ ਚਾਹੀਦੀ ਹੈ ਉਹਦੇ ਵਿੱਚ ਹੀ ਆਪਣਾ ਫਾਇਦਾ ਹੈ ਆਦਰਵਾਇਜ਼ ਕੀ ਹੋਏਗਾ ਬਹੁਤ ਟਾਈਮ ਆਪਣਾ ਵੇਸਟ ਹੋ ਗਿਆ ਜੇ ਆਪਾਂ ਹੋਰ ਟਾਈਮ ਦਵਾਂਗੇ ਹੋਰ ਟਾਈਮ ਜਿਹੜਾ ਹੈਗਾ ਉਹ ਵੇਸਟ ਹੋਏਗਾ ਹੁਣ ਜੇ ਤੁਸੀਂ ਨਵਾਂ ਰਿਜ਼ਲਟ ਦੇਖਦੇ ਹੋ ਨਵੇਂ ਪੋਰਟਲ ਦਾ ਦੇਖਦੇ ਹੋ ਜਾਂ ਪੁਰਾਣੇ ਪੋਰਟਲਾਂ ਜਿਹੜੀ ਹੁਣ ਫਾਈਲਾਂ ਲੱਗ ਰਹੀਆਂ ਨੇ ਉਹਦਾ ਰਿਜ਼ਲਟ ਜਿਹੜਾ ਹੈਗਾ ਉਹ ਕਾਫੀ ਵਧੀਆ ਆ ਰਿਹਾ ਫਾਸਟ ਵੀ ਆ ਰਿਹਾ ਤੇ ਪੋਜ਼ਿਟਿਵ ਰਿਜ਼ਲਟ ਵੀ ਜਿਹੜਾ ਹੈਗਾ ਉਹ ਆ ਰਿਹਾ ਦੋਸਤੋ ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ ਹੈ ਬੇਨਤੀ ਹੈ ਕਿ ਜੇ ਤੁਸੀਂ ਚਾਹਦੇ ਹੋ ਤੁਹਾਨੂੰ ਠੀਕ ਲੱਗਦਾ ਹੈਗਾ ਤਾਂ ਤੁਸੀਂ ਆਪਣੀਆਂ ਜਿਹੜੀਆਂ ਪੁਰਾਣੀ ਫਾਈਲਾਂ ਲੱਗੀਆਂ ਹੋਈਆਂ ਨੇ ਜਿਹਦਾ ਰਿਜ਼ਲਟ ਨਹੀਂ ਆਇਆ ਉਹ ਫਿਰਾਂ ਵਿਡਰਾ ਕਰਕੇ ਦੁਬਾਰਤੋਂ ਤੁਹਾਨੂੰ ਜਿਹੜਾ ਹੈਗਾ ਉਹ ਲਾ ਲੈਣਾ ਚਾਹੀਦਾ ਜਿਹੜੀਆਂ ਪੁਰਾਣੀਆਂ ਫਾਈਲਾਂ ਪਈਆਂ ਨੇ ਜਿਹਦਾ ਰਿਜ਼ਲਟ ਨਹੀਂ ਆਇਆ ਉਹਨਾਂ ਦਾ 네ਗਟਿਵ ਪੁਆਇੰਟ ਵੀ ਹੈਗਾ ਕਿਉਂਕਿ ਉਹਨਾਂ ਦੇ ਜ਼ਿਆਦਾ ਚਾਂਸਸ ਰਿਫਿਊਜ਼ਲ ਆਉਂਦੇ ਨੇ ਕਾਰਨ ਕਿਉਂ ਹੈ ਕਿ ਇਹ ਕਿ ਇੱਕ ਤਾਂ ਜਿਹੜਾ ਤੁਸੀਂ ਟਰੈਵਲ ਡੇਟ ਪਾਈ ਸੀ ਉਹ ਤੁਹਾਡੇ ਨਿਕਲ ਚੁੱਕੀ ਹੈਗੀ ਐ ਦੂਜਾ ਕਈਆਂ ਨੇ ਸਪான்ਸਰਾਂ ਲਿੱਤੀਆਂ ਸੀਗੀਆਂ ਕਈਆਂ ਨੇ ਬਰਥਡੇ ਦਿਖਾਏ ਹੋਏ ਸੀ ਕਈਆਂ ਨੇ ਮੈਰਿਜ ਐਨਿਵਰਸਰੀ ਦਿਖਾਈ ਸੀ ਜਾਂ ਕੋਈ ਪ੍ਰੋਗਰਾਮ ਦਿਖਾਏ ਸੀ ਉਹ ਸਾਰੇ ਜਿਹੜੇ ਨਿਕਲ ਚੁੱਕੇ ਨੇ ਸੋ ਜਿਹੜਾ ਤੁਹਾਡਾ ਪਰਪਸ ਆਫ ਟਰੈਵਲ ਹੈ ਉਹ ਤਾਂ ਖਤਮ ਹੋ ਚੁੱਕਿਆ ਹੁਣ ਜਿਹੜਾ ਡਿਪੈਂਡ ਐਮਬੈਸੀ ਤੇ ਕਰਦਾ ਕਿ ਤੁਹਾਨੂੰ ਕਨਸੀਡਰ ਕਰਦੀ ਹੈ ਨਹੀਂ ਕਰਦੀ ਕਿਤੇ ਐਮਬੈਸੀ ਇਹ ਨਾ ਹੋਵੇ ਨਾ ਕਿ ਦੇਖ ਕੇ ਕਿ ਜਿਹੜੇ ਤੁਸੀਂ ਡੇਟ ਆਫ ਟ੍ਰੈਵਲ ਪਾਈ ਹੋਈ ਹੈ ਉਹ ਤਾਂ ਨਿਕਲ ਚੁੱਕੀ ਹੈ ਜਿਹੜਾ ਤੁਸੀਂ ਕੋਈ ਪ੍ਰੋਗਰਾਮ ਦਿਖਾਇਆ ਹੋਇਆ ਉੱਥੇ ਉਹ ਵੀ ਜਿਹੜਾ ਹੈਗਾ ਨਿਕਲ ਚੁੱਕਿਆ ਹੈਗਾ ਜਿਹੜਾ ਤੁਸੀਂ ਘੁੰਮਣ ਫਿਰਨ ਦਾ ਪਲਾਨ ਪਾਇਆ ਹੋਇਆ ਉਹ ਨਿਕਲ ਚੁੱਕਿਆ ਕਿਉਂਕਿ ਜੇ ਜਿਹੜਾ ਬੰਦਾ ਕੋਈ ਜੌਬ ਕਰਦਾ ਸੀਗਾ ਉਹਨੇ ਜੇ ਘੁੰਮਣ ਫਿਰਨ ਦਾ ਪ੍ਰਾਨ ਪਾਇਆ ਤਾਂ ਛੁੱਟੀ ਵੀ ਲਈ ਹੋਈਗੀ ਸੋ ਛੁੱਟੀ ਦੀ ਜਿਹੜੀ ਡੇਟ ਹੈ ਉਹ ਵੀ ਨਿਕਲ ਚੁੱਕੀ ਹੈ ਸੋ ਇਸ ਚੀਜ਼ ਦਾ ਤੁਹਾਡੀ ਐਪਲੀਕੇਸ਼ਨ ਹੈ ਥੋੜੀ ਫਾਈਲ ਨੂੰ ਨੁਕਸਾਨ ਹੋ ਸਕਦਾ ਹੈ ਤੁਹਾਡੀ ਰਿਜੈਕਸ਼ਨ ਵੀ ਆ ਸਕਦੀ ਹੈ ਸੋ ਬਿਹਤਰੀ ਇਹਦੇ ਵਿੱਚ ਹੀ ਹੈ ਕਿ ਤੁਸੀਂ ਆਪਦੀ ਫਾਈਲ ਵਿਡਰਾ ਕਰਕੇ ਜਨਵਰੀ ਵਿੱਚ ਦੁਬਾਰੇ ਤੋਂ ਲਾ ਕੇ ਜਲਦੀ ਵੀਜ਼ਾ ਲੈ ਸਕਦੇ ਹੋ ਕਿਉਂਕਿ ਇਸੇ ਚੀਜ਼ ਦਾ ਫਾਇਦਾ ਹੈਗਾ ਜੇ ਤੁਸੀਂ ਰਿਜ਼ਲਟ ਫਾਸ ਲੈਣਾ ਚਾਹੁੰਦੇ ਹੋ ਆਦਰਵਾਇਜ਼ ਹੋ ਕੀ ਰਿਹਾ ਕਿ ਜਿਹੜਾ ਪਿਛਲਾ ਰਿਜ਼ਲਟ ਪੁਰਾਣਾ ਉਹ ਪੁਰਾਣਾ ਬਹੁਤ ਟਾਈਮ ਲੈ ਰਿਹਾ ਤੁਰ ਨਮਾ ਜਿਹੜਾ ਹੈਗਾ ਰਿਜ਼ਲਟ ਬਹੁਤ ਜਲਦੀ ਆ ਰਿਹਾ ਹੈਗਾ ਸੋ ਓਪਨਿੰਗ ਕੋਲ ਆਪਸ਼ਨ ਹੋਰ ਕੋਈ ਹੈ ਨਹੀਂ ਸੋ ਤੁਹਾਨੂੰ ਪੁਰਾਣੀਆਂ ਫਿਲਮ ਡਰਾ ਕਰਕੇ ਦੁਬਾਰਤੋਂ ਲਾ ਲੈਣੇ ਚਾਹੀਦੀਆਂ ਦੁਬਾਰਤੋਂ ਤੁਹਾਨੂੰ ਪੇਪਰ ਫਿਰ ਨਵੇਂ ਲਾਣੇ ਪੈਣਗੇ ਇਹ ਨਹੀਂ ਹੈ ਵੀ ਇੱਕ ਚੀਜ਼ ਹੋਰ ਵੀ ਹੈ ਜੇ ਤੁਸੀਂ ਦੁਬਾਰੇ ਅਪਲਾਈ ਕਰੋਗੇ ਤਾਂ ਤੁਹਾਡੀ ਫੀਸ ਵੀ ਦੁਬਾਰੇ ਫਿਰ ਨਵੇਂ ਸਿਰੇ ਤੋਂ ਲੱਗੇਗੀ ਹਾਂ ਜਿਨ੍ਹਾਂ ਦੇ ਬਾਇਓਮੈਟ੍ਰਿਕ ਹੋਏ ਨੇ ਬਾਇਓਮੈਟ੍ਰਿਕ ਦੁਬਾਰੇ ਤੋਂ ਕਰਾਣ ਦੀ ਲੋੜ ਨਹੀਂ ਸਿਰਫ ਜਿਹੜੀ ਅੰਬੈਸੀ ਫੀਸ ਹੈ 100 ਡਾਲਰ ਦੇ ਕਰੀਬ ਫੀਸ ਹੁੰਦੀ ਹੈ ਉਹ ਥੋੜੀ ਦੁਬਾਰੇ ਤੋਂ ਲੱਗੇਗੀ ਨਵੀਂ ਫਾਈਲ ਦੀ ਪੁਰਾਣੇ ਬਾਇਓਮੈਟ੍ਰਿਕ ਤੁਹਾਨੂੰ ਦੁਬਾਰੇ ਤੋਂ ਦੇਣ ਦੀ ਲੋੜ ਨਹੀਂ ਤੇ ਕੰਸਲਟੈਂਟ ਤੇ ਤੁਹਾਡੇ ਡਿਪੈਂਡ ਕਰਦਾ ਹੈ ਕਿ ਤੁਹਾਡੇ ਤੋਂ ਪੈਸੇ ਚਾਰਜ ਕਰਦੇ ਨੇ ਜਾਂ ਨਹੀਂ ਕਰਦੇ ਸੋ ਤੁਸੀਂ ਹੁਣ ਜਿਹੜੀ ਪਿਛਲੀ ਫਾਈਲ ਵਿਡਰਾ ਕਰਕੇ ਨਵੇਂ ਬੋਟਲ ਦੇ ਵਿੱਚ ਜਾਂ ਨਵੇਂ ਨਵੇਂ ਥਾਂ ਤੇ ਤੁਸੀਂ ਆਪਦੀ ਜਿਹੜੀ ਫਾਈਲ ਹੈ ਉਹ ਲਵਾ ਸਕਦੇ ਹੋ ਇਹਦੇ ਵਾਸਤੇ ਤੁਹਾਨੂੰ ਪੇਪਰ ਆਈਟੀਆਰ ਵੀ ਥੋੜੀ ਸਾਲ ਦੀ ਜੁੜ ਜਾਣੀ ਹੈ ਉਹਦੇ ਵਿੱਚ ਬੈਂਕ ਸਟੇਟਮੈਂਟ ਤੁਹਾਨੂੰ ਦੁਬਾਰੇ ਤੋਂ ਦੇਣੀ ਵਿਜ਼ਾ ਨੂੰ ਜਿਹੜਾ ਹੈਗਾ ਉਹ ਚੇਂਜ ਕਰਨਾ ਪੈਣਾ ਸੋ ਜੇ ਤੁਸੀਂ ਇਹਨਾਂ ਗੱਲਾਂ ਧਿਆਨ ਰੱਖੋਗੇ ਤੁਸੀਂ ਦੁਬਾਰੇ ਫਾਈਲ ਅਪਲਾਈ ਕਰਕੇ ਆਪਣਾ ਵੀਜ਼ਾ ਲੈ ਸਕਦੇ ਹੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ